हाँ जी, एक बार फिर थोड़ा स्वागत है। हुण असीं अपने कॉलर वाल जाने आ, तो देखदे आ की कहिंदे। हैलो हेलो हेलो जी, हेलो, सत श्री अकाल अंकल जी। सत श्री अकाल जी। अंकल जी, मैं सवाल पूछना सी, जिद्दा हाँ जी असीं सारी फैमिली इत्थे आ। हाँ जी बेटा जी। जिद्दा ना मेरा एक ब्रदर आ, हाँ जी, ओहदा इत्थे एडा अप्लाई नहीं सी कीता क्योंकि जिद्दा ओहदी एज ज्यादा सीगी। हाँ, ते ओ हुण इंडिया तो ऑस्ट्रेलिया गया आ स्टूडेंट वीजे ते। हाँ 2 साल हो गए ओनू। हाँ, तो ओहदा वीजा मार्च विच फिनिश होना आ। हाँ, ओहदी पढ़ाई जेहड़ी ओ दिसंबर विच फिनिश हो जानी आ। हाँ, ते मैं पूछना सी पे जिद्दा हुण ओनू ऑस्ट्रेलिया तो इत्थे मंगा सकदे आ स्टूडेंट वीजे ते? ट्राई कर सकदा, पर इहदे च इह जे ना हो गई उहदे च अपील है नहीं। स्टूडेंट जे आऊगा पक्का नहीं होना, स्टूडेंट पक्के नहीं हो सकते इत्थे। हां जी ठीक है, है ना, उत्थों समान 2 सालां च पक्का हो जाना, इत्थे तुसी लियाओगे फिर पक्का नहीं होना, फिर बाद च कुड़ी लभदे फिरूंगे कि ब्याह होंगे या इहनूं किद्दां जोगदा करिए। हां जी, असीं सोचदे जे इत्थे आ जाऊगा फिर तां थोड़ा इजी हो जांदा। ओना बेस्ट ही है, ओहनूं कह के उत्थे अपना पक्का हो ते फिर इत्थे आ जावे, फिर ओहदे कोल रेजिडेंसी होनी, फिर 6-6 महीनां लई आउंदा जांदा रहे, ओहदे लई बैटर रहेगा इह। हां जी हां जी, असीं जिद्दां थोड़ा डरदे सी पे जिद्दां पता नहीं हैगा उत्थे हुण वीजा वधना है जां नहीं वधना। नहीं वधूगा ही, जे ओह पढ़दा है फिर कादी गल नहीं, फिर किद्दां वधूगा, फिर वधूगा ही। हां जी, जे पढ़िया नहीं फिर तां इत्थे तां बनी लगना ओहनूं। हाँ, उत्थे वधाउण दी कोशिश करे है, यही बेस्ट है। हाँ जी, ਉਦਾਂ ਜਿੱਦਾਂ ਉਹਦਾ ਯੂਕੇ ਨੂੰ ਕੋਈ ਵੀਜ਼ਾ ਰਿਫਿਊਜ਼ ਤਾਂ ਅੱਗੇ ਹੋਇਆ ਨਹੀਂ ਕਿਉਂਕਿ ਅਸੀਂ ਅਪਲਾਈ ਨਹੀਂ ਸੀ ਕੀਤਾ ਤੇ ਉਹਦੀ ਏਜ ਜ਼ਿਆਦਾ ਸੀ। ਹਾਂ ਜੀ, ਉਹ ਤਾਂ ਠੀਕ ਹੈ, ਪਰ ਹੋ ਸਕਦਾ ਹੈ ਕਿ ਹੋ ਜਾਵੇ, ਫਿਰ ਰਿਸਕ ਕਰਨ ਲੈਣਾ। ਅੱਛਾ ਜੀ, ਹਾਂ ਉਹਦੇ ਵਿੱਚ ਬੈਸਟ ਇਹੀ ਆ ਕਿ ਤੁਸੀਂ ਜਿੱਥੇ ਹਮ ਭੇਜਿਆ ਉਹਨੂੰ ਕਹਿ ਕੇ ਤੂੰ ਕਾਕਾ ਪੱਕਾ ਹੋ, ਇੱਕ ਵਾਰੀ ਪੱਕਾ ਹੋ ਗਿਆ ਫਿਰ ਤਾਂ ਰਿਫਿਊਜ਼ ਹੋਣਾ ਨਹੀਂ ਵੀਜ਼ਾ, ਫਿਰ ਆਉਂਦਾ ਜਾਂਦਾ ਰਹੇ ਇੱਥੇ, ਤੇ ਫਿਰ ਉਹਦਾ ਫਿਰ ਕੋਈ ਨਾ ਕੋਈ ਤੁਸੀਂ ਦੇਖੋ। ਸਟੂਡੈਂਟ ਵੀਜ਼ਾ ਫਿਰ ਰਿਫਿਊਜ਼ ਐ ਵਿਦਆਊਟ ਰੀਜ਼ਨ ਉੱਦੇ ਕਰ ਦਿੰਦੇ ਆ? ਇਹ ਉਹਨਾਂ ਦੀ ਮਰਜ਼ੀ ਆ ਜਿਹਨੇ ਐਮਬੈਸੀ 'ਚ ਬੈਠਣਾ ਆ, ਉਹਨਾਂ ਦੀ ਮਰਜ਼ੀ। ਜੇ ਨਾ ਕਰਤੀ ਤਾਂ ਉਹਦੇ 'ਚ ਅਪੀਲ ਹੈ ਨਹੀਂ, ਫਿਰ ਗਾਹਾਂ ਨੂੰ ਤੁਸੀਂ ਕਹਿਣਾ ਕਿ ਆ ਵੀਜ਼ੇ ਲਈ ਅਪਲਾਈ ਕਰ, ਆ ਵੀ ਫਿਰ ਉਹਨਾਂ ਨੇ ਉਹਦਾ ਅਟਕਾ ਪਾਈ ਜਾਣਾ ਵਿੱਚ। ਅੱਛਾ ਜੀ, ਉਦਾਂ ਵਿਜ਼ਿਟਰ ਤੇ ਮੰਗਾ ਸਕਦੇ ਫਿਰ? ਵਿਜ਼ਿਟਰ ਤੇ ਟਰਾਈ ਕਰ ਸਕਦੇ ਵੀਜ਼ਾ ਵਧਾ ਕੇ ਉਹਦਾ, ਜਿੱਦਾਂ ਹੁਣ ਉਹਨੂੰ ਦਸੰਬਰ ਵਿੱਚ ਛੁੱਟੀਆਂ ਮਿਲਣੀਆਂ ਆ। ਹਾਂ, ਪਰ ਉਹਦੇ ਕੋਲ ਵੀਜ਼ਾ ਉਹਦਾ ਮਾਰਚ ਖਤਮ ਹੋਣਾ ਆ। ਹਾਂਜੀ ਹਾਂ, ਫਿਰ ਉਹ ਵਿਜ਼ਿਟਰ ਲਈ ਕਿੱਦਾਂ ਅਪਲਾਈ ਕਰੂਗਾ? ਉਹਨਾਂ ਨੇ ਕਹਿਣਾ ਤੂੰ ਮਾਰਚ ਵਿੱਚ ਤੇਰਾ ਵੀਜ਼ਾ ਖਤਮ ਹੈ, ਤੂੰ ਕਹਿੰਦਾ ਕਿ ਸਾਡੇ ਮੁਲਕ ਸੈਰ ਕਰਨ ਆਉਣਾ, ਪਹਿਲਾਂ ਵਧਾਵੇ ਆਪਣਾ ਵੀਜ਼ਾ, ਫਿਰ ਵਿਜ਼ਿਟਰ ਲਈ ਅਪਲਾਈ ਕਰੇ। ਅੱਛਾ ਜੀ, ਫਿਰ ਤਾਂ ਮਤਲਬ ਉਸ 'ਚ ਵੀ ਚਾਂਸ ਹੈਗੇ ਰਿਫਿਊਜ਼ ਹੋਣ ਦੇ? ਵਿਜ਼ਿਟਰ ਵਿੱਚ ਤਾਂ ਓਬਵੀਅਸਲੀ ਤੁਸੀਂ ਦੇਖ ਲਓ, ਜੇ 3 ਮਹੀਨੇ ਰਹਿੰਦੇ ਆ ਉਹਦੇ 'ਚ ਗਾਹਾਂ ਪੜ੍ਹਾਈ ਦਾ ਕੋਈ ਪਤਾ ਨਹੀਂ, ਵੀਜ਼ਾ ਐਕਸਟੈਂਡ ਨਹੀਂ ਹੋਇਆ, ਇੰਗਲੈਂਡ ਵਾਲੇ ਤਾਂ ਜ਼ਰੂਰ ਆਉਣ ਦਊਗੇ, ਫਿਰ ਉਹ ਕਹੂਗੇ ਉੱਥੇ ਤੇ ਤੂੰ ਹੋਇਆ ਨਹੀਂ ਤਾਂ ਤੈਨੂੰ ਅਸੀਂ ਜ਼ਰੂਰ ਆਉਣ ਦਊਂਗੇ, ਇੰਡੀਆ ਜਾਣ ਦੀ ਜਿਹੜੀ ਪਲਾਨ ਨਹੀਂ। ਤੁਹਾਡੇ ਟੀਚਰ ਤੁਹਾਨੂੰ ਜਾਣ ਦਿੰਦੇ ਆ, 10 ਦਿਨ ਤੋਂ ਵਾਧੂ ਜਾਣ ਨਹੀਂ ਦਿੰਦੇ। ਹਾਂ, ਉਹੀ ਅਸੂਲ ਇੱਥੇ ਹੁੰਦਾ। ਹਾਂਜੀ, ਇਹ ਨਹੀਂ ਕਿ ਜੇ ਮੈਂ ਜੀ ਹੋਲੀਡੇ ਚੱਲਣੀ ਤੇ ਬਾਕੀ ਫਿਰ ਆ ਕੇ ਪੜ੍ਹ ਲੂੰਗੇ। ਹਾਂਜੀ, ਓਕੇ ਜੀ, ਓਕੇ ਅੰਕਲ ਜੀ, ਥੈਂਕ ਯੂ, ਓਕੇ ਥੈਂਕ ਯੂ ਜੀ। ਚਲੋ, ਤੇ ਇਹ ਤਾਂ ਸੀਗੇ ਇਹ ਕਾਲਰ।